उधर अकाली दल वालों नरमा किसानों को मुआवजा ते तेल दी कीमतों च कटौती ना किए जाने खिलाफ जोरदार प्रदर्शन आज किया गया। चंडीगढ़ में मुख्यमंत्री चंडीदी कोठी का घेराव भी किया गया। पेट्रोल डीजल दी कीमतों ते वैट कटौती करके 10 रुपए प्रति लीटर की राहत की मांग की गई। गुलाबी सुंडी के शिकार नरमा किसानों को 50,000 रुपए प्रति एकड़ मुआवजे की भी मांग की गई। चंडीगढ़ पुलिस वालों अकाली वर्करा ते पानी दिया पुछारा इस दौरान मारिया गईया ते लाठी चार्ज भी किया गया। सुखबीर सिंह बादल सने सैकड़े अकाली वर्करा ने इस दौरान गिरफ्तारियां भी दित्तियां। अकाली दल वालों नरमा किसानों नु मुआवजा ते तेल दी कीमतां च कटौती ना कीते जाण खिलाफ अज जोरदार प्रदर्शन किया गया। चंडीगढ़ में मुख्यमंत्री चंडीदी कोठी का घेराव किया गया। पेट्रोल डीजल दी कीमतां ते वैट विच कटौती करके 10 रुपए प्रति लीटर की राहत की मांग की गई। गुलाबी सुंडी के शिकार नरमा किसानों को 50,000 रुपए प्रति एकड़ मुआवजे की भी मांग की गई। चंडीगढ़ पुलिस वालों इस दौरान अकाली वर्करा ते पानी दिया बुछारा मारिया गईया ते लाठीचार्ज भी किया गया। इस नाल ही सुखबीर सिंह बादल सने सैकड़े अकाली वर्करा ने गिरफ्तारियां भी दित्तियां। तस्वीरां साढ़े दर्शक देख सकते हैं, 3 तस्वीर किस तरीके इतने चन्नी सरकार के खिलाफ प्रदर्शन किया गया। इस नाल ना दूसरी तस्वीर देखा जा सकता है कि पुलिस वालों लाठीचार्ज किया गया अकाली वर्करा ते और उस तो बाद गिरफ्तारियां जो है अकाली वर्करा वालों दित्तियां गईयां ने। तीसरी तस्वीर देखा जा सकता है, डिटेन फाइनली उन्होंने कर लिया गया सी और इस दौरान अकाली वर्करा ने गिरफ्तारियां दित्तियां। कांग्रेस ने ते ओदी सरकार ने पंजाब नूं बर्बाद कर दिता। नरमे दी फसल बिल्कुल बर्बाद हो गई। लखां एकड़ गुलाबी सुंडी करके एकड़ ते पिंड ते पिंड बर्बाद हो गए। मैं पिंडां च गया, किसान भरावां नूं मिलिया, बेचारियां दे चेहरे ते उदासी सी। उन्हां कोले पैसा है नहीं सी ठेका देण वास्ते, अगली फसल वेचण वास्ते। आ जिहड़ा हुण मुख्यमंत्री बणिया, ड्रामे जिन्नी मर्जी करा लो, कल्ला अखबारां चोणा चाहुंदा कि मेरी फोटो आए, पर मसले हल करना उहदा निशाना नहीं। तुसीं जानदे हो
ਕਿਵੇਂ ਡੇਢ ਮਹੀਨੇ ਪਹਿਲੇ ਕਿਹਾ ਮੁਆਵਜ਼ਾ ਨਰਮੇ ਦਾ ਦਿੱਤਾ ਜਾਊਗਾ, ਇੱਕ ਰੁਪਿਆ ਨਹੀਂ ਕਿਸਾਨ ਕੋਲੇ ਪਹੁੰਚਿਆ, ਇੱਕ ਰੁਪਿਆ ਖੇਤ ਮਜ਼ਦੂਰ ਕੋਲੇ ਨਹੀਂ ਪਹੁੰਚਿਆ। ਤੇ ਉਹਦੇ ਬਾਅਦ ਹੋਰ ਨੁਕਸਾਨ ਹੋਇਆ, ਗੜੇ ਪੈ ਗਏ, ਝੋਨਾ ਤਬਾਹ ਹੋ ਗਿਆ, ਬਾਸਮਤੀ ਚੌਲ ਤਬਾਹ ਹੋ ਗਿਆ। ਉੱਥੇ ਤਾਂ ਕੋਈ ਮੰਤਰੀ ਵੀ ਨਹੀਂ ਗਿਆ, ਡੀਸੀ ਵੀ ਨਹੀਂ ਗਿਆ। ਆਹ ਤਾਂ ਸਰਕਾਰ ਹੈ ਇਹ ਜੀ ਨਿਕੰਮੀ ਸਰਕਾਰ, ਜਿਹੜੀ ਰੋਜ਼ ਹੀ ਆਪਣੀਆਂ ਲੜਾਈਆਂ ਤੋਂ ਵੇਲਦੀ, ਜਿਹਨੂੰ ਬੱਚਿਆਂ ਵਾਂਗੂ ਲੜੀ ਜਾਂਦੇ ਹੈ ਕਿ ਮੈਂ ਇਹਨੂੰ ਡੀ ਜੀ ਲਾ ਦਿਓ, ਏ ਜੀ ਲਾ ਦਿਓ। ਅੱਜ ਸਮਾਂ ਏ ਜੀ ਤੇ ਡੀ ਜੀ ਦੀ ਲੜਾਈ ਦਾ ਨਹੀਂ, ਸਮਾਂ ਗਰੀਬ ਕਿਸਾਨ ਦੀ ਬਾਹ ਫੜਨਾ। ਵਿਚਾਰੇ ਨੇ ਅਗਲੀ ਫਸਲ ਵੇਚਣੀ ਹੈ, ਬੀਜਣੀ ਹੈ, ਕਣਕ ਲਾਉਣ ਬੀਜਣੀ ਹੈ, ਉਹਦੇ ਕੋਲੇ ਸਾਧਨ ਹੈ ਨਹੀਂ। ਅੱਜ ਮੈਂ ਹੁਣੀ ਮੈਨੂੰ ਦੱਸ ਰਹੇ ਸੀ, ਜਿਹੜੇ ਵੀ ਪਿੰਡ ਜਾਓ, ਜਿਹੜੇ ਵੀ ਜ਼ਿਲ੍ਹੇ ਜਾਓ, ਜਿਹੜਾ ਡੀਏਪੀ ਹੈ, ਯੂਰੀਆ ਬਲੈਕ ਚ ਮਿਲ ਰਿਹਾ, ਉਹਦਾ ਇੰਤਜ਼ਾਮ ਵੀ ਕਾਂਗਰਸ ਨੇ ਨਹੀਂ ਕੀਤਾ। ਅੱਜ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਦੀਆਂ ਕੀਮਤਾਂ ਸੈਂਟਰ ਦੀ ਸਰਕਾਰ ਨੇ 10-10 ਰੁਪਏ ਘਟਾ ਦਿੱਤੀ, ਦੂਜੇ ਸੂਬੇ ਦੀ ਸਰਕਾਰਾਂ ਨੇ ਵੀ ਘਟਾਤਾ, ਪਰ ਕਾਂਗਰਸ ਦੀ ਆਹ ਸਰਕਾਰ ਚੁੱਪ ਬੈਠੀ ਹੈ। ਥੋੜੇ ਦਿਨ ਪਹਿਲੇ ਤੇ ਕਹਿੰਦੇ ਖਜ਼ਾਨਾ ਭਰਿਆ, ਤੇ ਖਜ਼ਾਨਾ ਜਨਤਾ ਵਾਸਤੇ ਹੈ, ਕਿਉਂ ਨਹੀਂ ਘਟਾ ਰਹੇ? ਕਾਂਗਰਸ ਸਰਕਾਰ ਮੁਰਦਾਬਾਦ, 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 ਕਾਂਗਰਸ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਅਲੇ ਸੋਨਿਹਾਲ, ਸੈਂਤੀ ਸਾਲ ਪਹਿਲੇ ਪਿਛਲੇ 5-7 ਦਿਨ, 37 ਸਾਲ ਪਹਿਲੇ 1984 ਵਿੱਚ ਗਾਂਧੀ ਪਰਿਵਾਰ ਦੇ ਹੁਕਮ ਤੇ ਹਜ਼ਾਰਾਂ ਆਪਣੇ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ ਗਿਆ। ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਗਾਂਧੀ ਪਰਿਵਾਰ ਨੇ ਦੋਸ਼ੀਆਂ ਨੂੰ ਬਚਾ ਕੇ ਰੱਖਿਆ। ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਲੜਾਈ ਲੜੀ ਇਨਸਾਫ ਦੀ, ਸੱਜਣ ਕੁਮਾਰ ਨੂੰ ਅਸੀਂ ਅੰਦਰ ਕਰਾ ਚੁੱਕੇ ਹਾਂ, ਪਰ ਦੁੱਖ ਚੱਲਦਾ ਆ ਕਾਂਗਰਸ ਸਰਕਾਰ, ਕਾਂਗਰਸ ਪਾਰਟੀ, ਜਿਨ੍ਹਾਂ ਨੇ ਕਤਲ ਕੀਤਾ, ਜਿਨ੍ਹਾਂ ਨੇ ਅੱਗੇ ਲਾ ਕੇ ਰਾਜੀਵ ਗਾਂਧੀ ਦੇ ਹੁਕਮ ਤੇ ਟਾਈਟਲਰ ਵਰਗਿਆਂ ਨੂੰ ਅੰਦਰ ਕਰਾਉਣ ਦੀ ਬਜਾਏ ਗਾਂਧੀ ਪਰਿਵਾਰ ਨੂੰ ਸਨਮਾਨਿਤ ਕਰ ਰਿਹਾ। ਕਾਂਗਰਸ ਸਰਕਾਰ ਮੁਰਦਾਬਾਦ, ਬੰਦ ਕਰੋ। ਮੈਂ ਸਿੱਧੂ ਸਾਹਿਬ ਜੋ ਕਾਂਗਰਸ ਦੇ ਪ੍ਰਧਾਨ ਹੈ, ਕਹਿੰਦੇ ਮੈਂ ਦਫ਼ਤਰ ਤਾਂ ਜਾਊਂਗਾ ਜੇ ਬੀ ਜੀ ਨੂੰ ਬਦਲੋਗੇ, ਏ ਜੀ ਨੂੰ ਬਦਲੋਗੇ। ਸਿੱਧੂ ਸਾਹਿਬ ਜੇ ਤੁਹਾਡੇ ਹਿੰਮਤ ਹੈ, ਬੀ ਜੀ ਤਾਂ ਏ ਜੀ ਤਾਂ ਮਾਮੂਲੀ ਗੱਲ ਹੈ, ਜੇ ਹਿੰਮਤ ਹੈ ਤੇ ਕਹੋ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਤਾਂ ਕੁਰਸੀ ਸੰਭਾਲੂਗਾ। ਜੇ ਟਾਈਟਲਰ ਨੂੰ ਕਾਂਗਰਸ ਵਰਕਿੰਗ ਕਮੇਟੀ ਤੋਂ ਕਢਾ ਕੇ ਟਾਈਟਲਰ ਨੂੰ ਪਾਰਟੀ ਚੋਂ ਬਾਹਰ ਕੱਢਾਂਗੇ। ਜਗਦੀਸ਼ ਟਾਈਟਲਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਟੈਂਡ ਲਓ, ਫਾਂਸੀ ਲਓ। ਜੇ ਹਿੰਮਤ ਹੈ, ਫਾਂਸੀ ਲਓ। ਜੇ ਹਿੰਮਤ ਹੈ ਤੁਹਾਡੇ ਤੇ ਕਹੋ ਗਾਂਧੀ ਪਰਿਵਾਰ ਨੂੰ ਇਹਨੂੰ ਕੱਢਣ। ਜੇ ਹਿੰਮਤ ਹੈ ਸਿੱਧੂ ਸਾਹਿਬ ਤੇ ਚੰਨੀ ਸਾਹਿਬ, ਰੈਜ਼ੋਲੂਸ਼ਨ ਪਾਸ ਕਰੋ ਪੰਜਾਬ ਦੀ ਅਸੈਂਬਲੀ ਵਿੱਚ ਕਿ ਪੰਜਾਬ ਦੀ ਜਨਤਾ ਦੀ ਆਵਾਜ਼ ਹੈ ਕਿ ਗਾਂਧੀ ਪਰਿਵਾਰ ਤੇ ਟਾਈਟਲਰ ਵਰਗੇ ਦੇ ਖਿਲਾਫ ਪਰਚਾ ਦਿੱਤਾ ਜਾਏ 84 ਦਾ।